ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ اٹਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਕਿਉਂ ਬੋਲਿਆ ਵਾਹਿਗੁਰੂ ਕਿਉਂਕਿ ਇਹ ਸਾਡੀ ਅਰਦਾਸ ਹੈ ਕਹਿੰਦੇ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ اٹਲ ਧਰਮ ਕਾ ਜੈਕਾਰ ਤਾਂ ਤਰਕੇ ਆਪਾਂ ਕਹਿੰਨੇ ਆ ਬੋਲੋ ਜੀ ਵਾਹਿਗੁਰੂ ਸਾਰੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਸਮੂਹ ਤਖਤਾਂ ਵਿੱਚ ਗੁਰੂ ਘਰਾਂ ਵਿੱਚ ਸਾਰੇ ਕਿਤੇ ਸਿੱਖ ਜਗਤ ਦੇ ਵਿੱਚ ਇਹ ਅਰਦਾਸ ਸਦੀਆਂ ਤੋਂ ਚੱਲੀ ਆ ਰਹੀ ਆ ਅਤੇ ਇਸ ਦੇ ਉਲਟ ਜੇ ਕੋਈ ਕਵੇ ਇੱਕ ਵੀ ਸਦੀਏ ਯੁੱਗ ਵਿਗਿਆਨ ਦਾ ਤੇ ਸਾਧਾਂ ਦੀਆਂ ਚਮਕੀਆਂ ਨਹੀਂ ਭਰ ਹੋਣੀਆਂ ਤੇ ਖਾਲਸਾ ਜੀ ਗੁਰੂ ਪਿਆਰਿਓ ਗੁਰਨਾਨਕ ਨਾਮ ਲੈਵਾ ਸਾਧ ਸੰਗਤ ਜੀ ਜਿਹੜੇ ਦਸਾਂ ਗੁਰੂ ਸਾਹਿਬਾਨਾਂ ਨੂੰ ਇੱਕ ਜੋਤ ਕਰਕੇ ਮੰਨਦੇ ਨੇ ਸੱਚੋ ਸੱਚ ਦੱਸਿਓ ਕਿ ਤੁਸੀਂ ਇਹ ਜਿਹੜਾ ਯੁੱਗ ਵਿਗਿਆਨ ਦਾ ਜੇ ਆ ਜਾਵੇ ਉਹਦੇ ਚ 1ਵੀਂ 7ਵੀਂ ਆ ਜਾਵੇ 22ਵੀਂ 23ਵੀਂ 24ਵੀਂ ਜਿੰਨਵੀ ਮਰਜ਼ੀ ਆ ਜਾਵੇ ਜਿਹੜੀ ਸ਼ਬਦ ਚੌਂਕੀ ਆ ਝੰਡੇ ਪੁੰਗੇ ਨਿਸ਼ਾਨ ਸਾਬ ਸਾਡੇ ਉਹ ਜੁਗੋ ਜੁਗ ਅਟਲ ਰਹਿਣੇ ਆ ਜਾਂ 1ਵੀਂ 7ਵੀਂ ਚ ਆ ਕੇ ਉਹ ਬਦਲ ਦੇਣੇ ਆਪਾਂ ਨਹੀਂ ਬਦਲਾਂਗੇ ਨਾ ਕਿਉਂਕਿ ਧਰਮ ਕਾ ਜੈਕਾਰ ਜਗੋ ਜਗ ਅਟਲ ਸਾਡੀ ਅਰਦਾਸ ਫਰਮਾਉਂਦੀ ਆ ਇਸ ਕਰਕੇ ਆ ਕੁਝਕ ਜਿਹੜੇ ਚੁੰਝ ਗਿਆਨੀ ਸਾਡੇ ਧਰਮ ਚ ਨਵੇਂ ਪੈਦਾ ਹੋਏ ਆ ਜਿਨ੍ਹਾਂ ਨੂੰ ਦਿਮਾਗਦਾਨ ਕਾਫੀ ਹੋ ਗਿਆ ਜਦ ਕਿ ਵਿਵੇਕਦਾਨ ਬਖਸ਼ਣ ਨੂੰ ਕਿਹਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਿਵੇਕਦਾਨ ਬਖਸ਼ਿਆ ਅਰਦਾਸ ਵਿੱਚ ਫਰਮਾਉਂਦੇ ਆ ਇਹ ਇਹੜੇ ਦਿਮਾਗੀ ਚੁੰਝ ਗਿਆਨੀ ਨਵੇਂ ਆਏ ਆ ਇਹ ਸਾਧ ਸੰਗਤ ਜੀ ਫੈਸਲਾ ਤੁਸੀਂ ਕਰਨਾ ਇਹ ਅੱਜ ਕਹਿ ਰਹੇ ਨੇ ਕਿ ਇਹ ਜਿਹੜੇ ਨਗਰ ਕੀਰਤਨ ਆ ਪ੍ਰਭਾਤ ਫੇਰੀਆਂ ਆ ਇਹ ਸਭ ਹਿੰਦੂ ਸਨਾਤਨ ਮਤ ਦੀ ਦੇਣ ਆ ਇਹ ਕਹਿੰਦੇ ਨੇ ਕਿ ਪ੍ਰਾਤਨ ਸਮਿਆਂ ਵਿੱਚ ਮੂਰਤੀ ਰੱਖ ਕੇ ਤੇ ਉਹਦਾ ਉਹਨੂੰ ਨਗਰ-ਨਗਰ ਘਮਾਉਂਦੇ ਹੁੰਦੇ ਸੀ ਨਗਰ ਕੀਰਤਨ ਕੱਢਣ ਤੋਂ ਪਰਹੇਜ਼ ਕਰਿਏ ਕਿਉਂਕਿ ਨਗਰ ਕੀਰਤਨ ਹਿੰਦੂ ਸਨਾਤਨ ਮਤ ਦੀ ਨਕਲ ਹੈ। ਔਰ ਨਗਰ ਕੀਰਤਨ ਵਿੱਚੋਂ ਕੌਮ ਦੇ ਪੱਲੇ ਵੀ ਕੀ ਪਿਆ। 300 ਸਾਲ ਗੁਰੂ ਦੇ ਨਾਲ ਹਜੂਰ ਸਾਹਿਬ ਤੋਂ ਯਾਤਰਾ ਚੱਲੀ ਸੀ। ਪੂਰੇ ਹਿੰਦੁਸਤਾਨ ਦਾ ਚੱਕਰ ਲਾਇਆ 7.5 ਅਰਬ ਰੁਪਇਆ ਇਕੱਠਾ ਕੀਤਾ ਉਸ ਯਾਤਰਾ ਦੇ ਪ੍ਰਬੰਧਕਾਂ ਨੇ। ਉਹ 7.5 ਅਰਬ ਰੁਪਇਆ ਕਿਹੜੇ ਖੂ ਖਾਤੇ ਗਿਆ ਕੌਮ ਨੂੰ ਕੋਈ ਹਿਸਾਬ ਨਹੀਂ ਦਿੱਤਾ ਗਿਆ। ਤੋਂ ਨਗਰ ਕੀਰਤਨ ਤੋਂ ਪਰਹੇਜ਼ ਕਰੀਏ ਨਗਰ ਕੀਰਤਨ ਪੁਰਾਣੇ ਸਮੇਂ Hindu ਲੋਕ ਆਪਣੇ ਦੇਵੀ ਦੇਵਤਿਆਂ ਦੀਆਂ ਮੂਰਤਾਂ ਪਾਲਕੀ ਚ ਰੱਖ ਕੇ ਰੱਥ ਵਿੱਚ ਰੱਖ ਕੇ ਨਗਰ-ਨਗਰ ਘੁਮਾਉਂਦੇ ਹੁੰਦੇ ਸੀ ਉਹ ਤਾਂ ਪੱਥਰ ਦੀ ਮੂਰਤੀ ਘੁਮਾਉਂਦੇ ਸੀ ਅਸੀਂ ਜਾਗਤ ਜੋਤ ਸ਼ਬਦ ਗੁਰੂ ਨੂੰ ਪੱਥਰ ਦੀ ਮੂਰਤੀ ਬਣਾ ਕੇ ਗੱਡੀਆਂ ਚ ਰੱਖ ਕੇ ਥਾ-ਥਾ ਤੇ ਘੁਮਾਉਣ ਲੱਗ ਪਏ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇੱਕ ਪੀੜਾ ਸਾਹਿਬ ਦੇ ਉੱਪਰ ਬਿਨਾਂ ਪ੍ਰਕਾਸ਼ ਕੀਤੇ ਆ ਅਸੀਂ ਰੱਖ ਕੇ ਥਾ-ਥਾ ਤੇ ਗੱਡੀ ਚ ਘੁਮਾਵਾਂਗੇ ਕੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਗਿਆਨ ਸਾਨੂੰ ਹੋ ਜਾਏਗਾ ਮਿੱਟੀ ਤੋਂ ਜਗ ਚਾਨਣ ਹੋ ਜਾਏਗਾ ਜੀ ਇਹਦੇ ਨਾਲ ਨਹੀਂ ਚਾਨਣ ਹੋਣਾ ਬਾਣੀ ਨੂੰ ਸਮਝਣ ਦੇ ਨਾਲ ਵਿਚਾਰਨ ਦੇ ਨਾਲ ਗੁਰੂ ਨੂੰ ਗੱਡੀਆਂ ਕਾਰਾਂ ਚ ਰੱਖ ਕੇ ਕਮਾਉਣ ਦੇ ਨਾਲ ਕੰਮ ਦਾ ਕੁਝ ਨਹੀਂ ਸਵਰਨ ਲੱਗਾ ਤਾਂ ਨਗਰ ਵੇਰ ਸਿੱਖੋ ਤੁਸੀਂ ਇਹ ਗੱਲ ਦਾ ਜਵਾਬ ਦਿਓ ਕਿ ਸਦੀਆਂ ਤੋਂ ਜੋ ਚੱਲੀ ਆ ਰਹੀ ਪਰੰਪਰਾ ਸਤਵਾਦੀਆਂ ਦੀ ਨਹੀਂ ਉਹ ਧਰਮੀਆਂ ਦੀ ਨਹੀਂ ਉਹ ਮਹਾਪੁਰਖਾਂ ਦੀ ਨਹੀਂ ਉਹ ਸਿਆਣਿਆਂ ਨੇ ਨਹੀਂ ਸੀ ਚਲਾਈ ਜਿਹੜੀ ਅੱਜ ਆਪਾਂ ਕਹਿ ਲਈਏ ਕਿ ਇਹ ਹਿੰਦੂ ਜੇ ਆਪਣਾ ਕੋ ਨਗਰ ਦੇ ਵਿੱਚ ਕੋਈ ਇਹੋ ਦੀ ਝਾਕੀਆਂ ਜਾਂ ਜਲਸੇ ਕੱਢਦੇ ਹੋਣਗੇ ਤਾਂ ਹੀ ਆਪਣੇ ਗੁਰੂ ਸਾਹਿਬ ਦਾ ਜੋ ਦਿਹਾੜਿਆਂ ਤੇ ਗੁਰਪੁਰਬਾਂ ਤੇ ਨਗਰ ਕੀਰਤਨ ਕੱਢਣੇ ਬੰਦ ਕਰਦੀਏ ਕੀ ਤੁਸੀਂ ਇਸ ਨਾਲ ਸਹਿਮਤ ਹੋ ਜੇ ਇਸ ਨਾਲ ਸਹਿਮਤ ਹੋ ਤੇ ਫਿਰ ਕੱਲ ਨੂੰ ਇਹ ਲੋਕ ਤੁਹਾਨੂੰ ਕਹਿਣਗੇ ਕਿ ਜਿਹੜੇ ਨਗਰ ਕੀਰਤਨ ਸ਼ਬਦ ਚੌਂਕੀ ਇਹਤ ਬੰਦ ਹੋ ਗਏ ਹੁਣ ਪ੍ਰਭਾਤ ਫੇਰੀਆਂ ਵੀ ਬੰਦ ਕਰੋ ਆਪਾਂ 550 ਸਾਲਾਂ ਤਾਂ ਤਾਂ ਜਿਹੜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਅੱਜ ਮਨਾ ਰਹੇ ਆ ਸਾਰੇ ਸਰਬ ਵਿਸ਼ਵ ਦੇ ਵਿੱਚ ਸਿੱਖ ਜਗਤ ਸਾਰਾ ਮਨਾ ਰਿਆ ਤੇ ਤੁਸੀਂ ਦੱਸੋ ਆਪਾਂ ਖੁਸ਼ ਨਹੀਂ ਕਿ ਸਾਡੇ ਗੁਰੂ ਸਾਹਿਬਾਨ ਦੇ ਖੁਸ਼ੀ ਆਗਮਨ ਦਿਹਾੜੇ ਦੇ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਆ ਤੇ ਇਹ ਬ੍ਰਾਹਮਣਵਾਦ ਆ ਹੁਣ ਬਾਹਮਣ ਕਾਲ ਨੂੰ ਕੱਪੜੇ ਵੀ ਸਾਨੂੰ ਕਹਿਣਗੇ ਪਾਉਂਦੇ ਆ ਤੁਸੀਂ ਬ੍ਰਾਹਮਣਾਂ ਦੀ ਰੀਸ ਕਰੋਗੇ ਫਿਰ ਕੀ ਕਰੋਗੇ ਸਿੱਖੋ ਜੇ ਕਹਿਣਗੇ ਨਾ ਚੰਨ ਤਾਰਿਆਂ ਥੱਲੇ ਬ੍ਰਾਹਮਣ ਵੀ ਸੌਂਦੇ ਸਨ ਤੇ ਤੁਸੀਂ ਵੀ ਸੌਂ ਹੀ ਜਾਂਦੇ ਹੋ ਫਿਰ ਕੀ ਕਰੋਗੇ ਜੇ ਕੱਲ ਨੂੰ ਕਹਿਣਗੇ ਕਿ ਭਟ ਭਗਤ ਕਿੰਨੇ ਕਿਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸशोਭਤ ਨੇ ਵਾਹਿਗੁਰੂ ਸਿਮਰਨ ਲਈ ਉਹਨਾਂ ਵੀ ਆਖਿਆ ਵਾ ਇਹ ਤੇ ਫਿਰ ਬ੍ਰਾਹਮਣ ਕਹਿੰਦੇ ਨੇ ਫਿਰ ਉਹਨਾਂ ਨੂੰ ਵੀ ਬਾਹਰ ਕੱਢੋਗੇ ਗੁਰੂ ਗ੍ਰੰਥ ਸਾਹਿਬ ਦੀ ਵਿੱਚੋਂ ਉਹਨਾਂ ਨੂੰ ਵੀ ਕੱਢੋਗੇ ਇਹ ਵੀਡੀਓ ਪਾਉਣ ਦਾ ਮੇਰਾ ਮਤਲਬ ਇਹ ਆ ਕਿ ਇਹ ਜਿਹੜੀਆਂ ਗੱਲਾਂ ਸਾਨੂੰ ਸ਼ੰਕੇ ਪਾਏ ਜਾ ਰਹੇ ਆ ਸਾਡੀ ਹੱਸ ਦੀ ਵਸ ਦੀ ਜੋ ਸਾਡੇ ਉਹ ਨਿਆਰਾ ਪੰਥ ਖਾਲਸਾ ਪੰਥ ਦੀ ਜਿਹੜੀ ਫਲਵਾੜੀ ਆ ਓਏ ਉਹਨੂੰ ਕੌਣ ਤੋੜਨਾ ਚਾਹੁੰਦਾ ਆ ਸਾਡੇ ਸਿੱਖ ਚਿਹਰਿਆਂ ਦੇ ਵਿੱਚ ਹੀ ਜਾਂ ਤੇ ਇਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਮੱਤ ਮਾਰੀ ਗਈ ਆ ਇਹ ਕੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਿਰਫ ਇੱਕ ਸਿਰਫ ਅਰਥਾਂ ਦੀ ਕਿਤਾਬ ਆ ਨਹੀਂ ਉਹ ਦਸ਼ਮ ਗੁਰਾਂ ਕੀ ਦੇ ਆ ਤੇ ਆnde ਜਿਸ ਮਹਾਂਪੁਰਖ ਦੇ ਦਰਸ਼ਨ ਹੋ ਜਾਣ ਉਹ ਸਾਧੂ ਦੇ ਉਹ ਸੰਤ ਦੇ ਉਹ ਵਿਰਮ ਗਿਆਨੀ ਦੇ ਉਹ ਜਿਹਨੂੰ ਜਿਹਦੇ ਅੰਦਰ ਧੰਨ ਸਿਮਰਨ ਚੱਲਦਾ ਹੋਵੇ ਤੇ ਆnde ਸੰਗਤ ਧੰਨ ਹੋ ਜਾਂਦੀ ਆ ਤੇ ਜਿਹੜਾ ਖੁਦ ਮਹਾਂਪੁਰਖਾਂ ਦਾ ਸਰਤਾਜ ਭਾਨਾ ਨਾ ਭਾਨ ਸੂਰਜਾਂ ਦਾ ਵੀ ਸੂਰਜ ਦੇਵਾਂ ਦੇ ਦੇਵ ਉਪਮਾ ਮਹਾਨ ਗੁਰੂ ਸਹਿਬਾਨ ਨੇ ਜਿਹੜੇ ਉਹ ਉਹਨਾਂ ਗੁਰੂ ਸਹਿਬਾਨਾਂ ਦੀ ਦਸਮ ਗੁਰਾਂ ਦੀ ਦੇਹ ਉਹ ਜਿੰਦੀ ਜਾਗਦੀ ਦੇਹ ਆ ਸਾਡੇ ਲਈ ਦਸਾਂ ਗੁਰੂ ਸਹਿਬਾਨਾਂ ਦੀ ਚਵਰ ਛਤਰ ਦੇ ਮਾਲਕ ਸਰਵ ਸ੍ਰਿਸ਼ਟੀ ਬ੍ਰਹਿਮੰਡਾਂ ਦੇ ਮਾਲਕ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਨਗਰ ਚੌਂਕੀ ਸ਼ਬਦ ਚੌਂਕੀ ਬਹੁਤ ਖੁਸ਼ੀਆਂ ਦੇ ਨਾਲ ਕੱਢਾਂਗੇ ਆਪਾਂ ਕਿਸੇ ਦੇ ਵੀ ਇਸ ਭਰਮ 'ਚ ਨਹੀਂ ਆਉਣਾ ਜੇ ਅਜਿਹਾ ਭਰਮ ਬਣਾ ਲਿਆ ਤੇ ਕੱਲ ਨੂੰ ਸਾਨੂੰ ਸਾਡੇ ਤੀਰਥ ਸਥਾਨ ਸਾਡੀ ਅਰਦਾਸ ਸਾਡੇ ਗ੍ਰੰਥ ਸਾਡੀ ਪਰੰਪਰਾ ਸਾਨੂੰ ਉਹਨਾਂ ਤੇ ਵੀ ਇਹ ਲੋਕ ਸ਼ੰਕੇ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ